ਨਮਸਕਾਰ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਅਤੇ ਮੈਂ ਹਾਂ ਰਵੀ ਸ਼ੰਕਰ ਮਿਸ਼ਰਾ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਉੱਤਰਾਖੰਡ ਦੇ ਵਿੱਚ ਨਾਨਕ ਮੱਤਾ ਵਾਲੇ ਕਾਰ ਸੇਵਾ ਵਾਲੇ ਬਾਬਾ ਤਰਸੇਮ ਸਿੰਘ ਦੇ ਕਤਲ ਮਾਮਲੇ ਨੂੰ ਲੈ ਕੇ ਉੱਤਰਾਖੰਡ ਪੁਲਿਸ ਅੱਜ ਤਰਨ ਤਾਰਨ ਪਹੁੰਚੀ, ਜਿੱਥੇ ਉਹਨਾਂ ਨੇ ਸ਼ੂਟਰ ਸਰਬਜੀਤ ਦੇ ਘਰ ਬੁਨਿਆਦੀ ਕਰਵਾਈ ਅਤੇ ਨਾਲ ਹੀ ਪੋਸਟਰ ਲਗਵਾਈ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਬੁਨਿਆਦੀ ਕਰਾਉਂਦੇ ਉਹਨਾਂ ਨੇ ਕਿਹਾ ਕਿ ਜੇਕਰ ਸਰਬਜੀਤ ਸਿੰਘ ਕੁਝ ਹੀ ਦਿਨਾਂ ਦੇ ਵਿੱਚ ਪੁਲਿਸ ਦੇ ਹਵਾਲੇ ਨਹੀਂ ਹੁੰਦਾ, ਪੁਲਿਸ ਦੇ ਸਾਹਮਣੇ ਪੇਸ਼ ਨਹੀਂ ਹੁੰਦਾ, ਤਾਂ ਉਹਨਾਂ ਦੀ ਚਲ ਅਚਲ ਸੇਵਾ ਅਚਲ ਜਾਇਦਾਦ ਜਿਹੜੀ ਹੈ ਅਤੇ ਜਿਹੜੀ ਵੀ ਜਾਇਦਾਦ ਉਹਨਾਂ ਦੇ ਕੋਲ ਹੈ ਉਹ ਸਾਰੀ ਜ਼ਬਤ ਕਰ ਲਈ ਜਾਵੇਗੀ। ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕੁਝ ਦਿਨਾਂ ਪਹਿਲਾਂ ਜਿਹੜੀ ਹੈ ਬਾਬਾ ਤਰਸੇਮ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਿਸ ਦੇ ਵਿੱਚ ਸਰਬਜੀਤ ਸਿੰਘ ਜਿਹੜਾ ਸ਼ੂਟਰ ਹੈ ਉਸ ਦੇ ਘਰ ਅੱਜ ਉੱਤਰਾਖੰਡ ਪੁਲਿਸ ਪਹੁੰਚੀ ਹੈ। ਤਰਨ ਤਾਰਨ ਦੀਆਂ ਤਸਵੀਰਾਂ ਦਿਖਾ ਰਹੇ ਜਿੱਥੇ ਉਹਨਾਂ ਨੇ ਬੁਨਿਆਦੀ ਕਰਾਈ ਅਤੇ ਉਸਦੇ ਘਰ 'ਤੇ ਪੋਸਟਰ ਲਗਵਾਏ ਅਤੇ ਕਿਹਾ ਕਿ ਜੇਕਰ ਸਰਬਜੀਤ ਸਿੰਘ ਸ਼ੂਟਰ ਜਿਹੜਾ ਹੈ ਉਹ ਪੁਲਿਸ ਦੇ ਸਾਹਮਣੇ ਪੇਸ਼ ਨਹੀਂ ਹੁੰਦਾ ਤਾਂ ਉਸ ਦੀ ਜਿਹੜੀ ਚੱਲ ਅਚਲ ਹੈ ਸਾਰੀ ਦੀ ਸਾਰੀ ਜ਼ਬਤ ਕਰ ਲਈ ਜਾਵੇਗੀ। ਅਤੇ ਮੇਰੇ ਸਹਿਯੋਗੀ ਜਿਹੜੇ ਨੇ ਤਰਨ ਤਾਰਨ ਤੋਂ ਸਿਧਾਰਥ ਜੁੜ ਚੁੱਕੇ ਨੇ। ਜੀ ਸਿਧਾਰਥ, ਜਿਹੜੀ ਅੱਜ ਉੱਤਰਾਖੰਡ ਪੁਲਿਸ ਤਰਨ ਤਾਰਨ ਪਹੁੰਚੀ ਸੀ, ਇਸ ਨੂੰ ਲੈ ਕੇ ਤੁਹਾਡੇ ਕੋਲ ਕੀ ਜਾਣਕਾਰੀ ਹੈ? ਬਿਲਕੁਲ, ਜੇ ਗੱਲ ਕੀਤੀ ਜਾਵੇ ਤਾਂ ਜਿਹੜੀ ਉੱਤਰਾਖੰਡ ਪੁਲਿਸ ਅੱਜ ਮੀਆਂਵਿੰਡ ਪਿੰਡ ਵਿਖੇ ਉੱਥੇ ਪਹੁੰਚੀ ਸੀ ਔਰ ਉਹਨਾਂ ਵੱਲੋਂ ਜਿਹੜੀ ਹੈ ਨਾਨਕ ਮੱਤਾ ਡੇਰੇ ਵਿਖੇ ਜਿਹੜੇ ਬਾਬਾ ਤਰਸੇਮ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਸੀ, ਉਸਦੇ ਵਿੱਚ ਮੁੱਖ ਸ਼ੂਟਰ ਜਿਹੜਾ ਸਰਬਜੀਤ ਸਿੰਘ ਜੋ ਕਿ ਮੀਆਂਵਿੰਡ ਦਾ ਰਹਿਣ ਵਾਲਾ ਹੈ ਔਰ ਇਸ ਤੇ ਪਹਿਲਾਂ ਵੀ ਇੱਕ ਅਪਰਾਧਿਕ ਮਾਮਲੇ ਜਿਹੜੇ ਨੇ ਦਰਜ ਨੇ। ਔਰ ਦੱਸ ਦਈਏ ਕਿ ਅੱਜ ਉੱਤਰਾਖੰਡ ਦੀ ਪੁਲਿਸ ਵੱਲੋਂ ਜਿਹੜੀ ਹੈ ਉੱਥੇ ਉਹਨਾਂ ਦੇ ਘਰ ਵਿੱਚ ਪਹੁੰਚ ਕੇ ਉੱਥੇ ਪਿੰਡ ਵਿੱਚ ਪਹੁੰਚ ਕੇ ਜਿਹੜੀ ਬੁਨਿਆਦੀ ਕਰਵਾਈ ਗਈ ਹੈ ਔਰ ਘਰ ਦੇ ਬਾਹਰ ਜਿਹੜੇ ਨੇ ਨੋਟਿਸ ਲਗਾਏ ਗਏ ਨੇ। ਹਾਲਾਂਕਿ ਉਹਨਾਂ ਨੂੰ ਇਸ ਦੇ ਵਿੱਚ ਜਿਹੜਾ ਨੋਟਿਸ ਲਗਾਇਆ ਗਿਆ ਸੀ ਦੱਸਿਆ ਕਿ 23 ਮਈ ਤੱਕ ਉਸਨੂੰ ਜਿਹੜੇ ਨੇ ਪੇਸ਼ ਹੋਣ ਲਈ ਕਿਹਾ, ਕਿਉਂਕਿ ਜਦੋਂ ਸ਼ੂਟਰ ਜਿਹੜਾ ਹੈਗਾ ਸੀ ਬਾਬਾ ਤਰਸੇਮ ਸਿੰਘ ਜਦੋਂ ਇਸਦਾ ਕਤਲ ਹੁੰਦਾ ਹੈ ਤਾਂ ਸ਼ੂਟਰ ਜਿਹੜਾ ਸਰਬਜੀਤ ਸਿੰਘ ਸੀ ਉੱਥੋਂ ਗੋਲੀਆਂ ਮਾਰਨ ਤੋਂ ਬਾਅਦ ਜਿਹੜਾ ਸੀ ਫਰਾਰ ਹੋ ਜਾਂਦਾ ਸੀ ਔਰ ਲਗਾਤਾਰ ਉੱਤਰਾਖੰਡ ਪੁਲਿਸ ਜਿਹੜੀ ਹੈ ਤਰਨ ਤਾਰਨ ਪੁਲਿਸ ਨਾਲ ਰਾਬਤਾ ਕਾਇਮ ਕਰਦੀ ਹੋਈ ਇੱਥੇ ਜਿਹੜੀ ਆ ਆਉਂਦੀ ਰਹੀ ਹੈ ਔਰ ਕਈ ਸੀਸੀਟੀਵੀ ਕੈਮਰੇ ਜਿਹੜੇ ਨੇ ਜ਼ਰੂਰ ਇੱਥੇ ਕੰਗਾਲੇ ਗਏ ਨੇ। ਅੱਜ ਸਰਬਜੀਤ ਸਿੰਘ ਦੇ ਘਰ ਦੇ ਬਾਹਰ ਜਿਹੜੀ ਹੈ ਉਹਨਾਂ ਦੇ ਵੱਲੋਂ ਜਿਹੜੇ ਹੈ ਪੋਸਟਰ ਜਿਹੜੇ ਨੇ ਲਗਾਏ ਗਏ ਨੇ ਔਰ ਪਿੰਡ ਦੇ ਵਿੱਚ ਜਿਹੜੀ ਹੈ ਬੁਨਿਆਦੀ ਕਰਵਾਈ ਗਈ ਹੈ। ਜੀ, ਤਾਂ ਉੱਤਰਾਖੰਡ ਪੁਲਿਸ ਨੇ ਜਦੋਂ ਬੁਨਿਆਦੀ ਕਰਵਾਈ ਤੇ ਘਰ ਦੇ ਬਾਹਰ ਪੋਸਟਰ ਲਗਾਏ ਤਾਂ ਉਹਨਾਂ ਦੇ ਘਰ ਦੇ ਮੈਂਬਰਾਂ ਜਾਂ ਕੋਈ ਉਹ ਇੱਦਾਂ ਸੀਗਾ ਜਿਸ ਨਾਲ ਗੱਲਬਾਤ ਹੋਈ ਹੈ? ਫਿਲਹਾਲ ਇਸ ਸੰਬੰਧੀ ਜਿਹੜੀ ਇਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਕਿਸੇ ਨਾਲ ਗੱਲਬਾਤ ਨਹੀਂ ਹੋ ਪਾਈ ਹੈ ਔਰ ਦੱਸਦੀ ਹੈ ਕਿ ਕਤਲ ਹੋਣ ਤੋਂ ਬਾਅਦ ਜਿਹੜਾ ਸੀ ਸਰਬਜੀਤ ਸਿੰਘ ਉਸ ਤੋਂ ਹੀ ਜਿਹੜਾ ਫਰਾਰ ਚੱਲ ਰਿਹਾ ਸੀ ਔਰ ਹਾਲਾਂਕਿ ਪਰਿਵਾਰ ਜਿਹੜਾ ਮੀਡੀਆ ਦੇ ਸਾਹਮਣੇ ਜਿਹੜਾ ਫਿਲਹਾਲ ਤੱਕ ਜਿਹੜਾ ਨਹੀਂ ਆਇਆ ਜੀ। ਤਾਂ ਜਾਣਕਾਰੀ ਲਈ ਧੰਨਵਾਦ ਸਿਧਾਰਥ। ਤਾਂ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਉੱਤਰਾਖੰਡ ਦੇ ਜਿਹੜੇ ਕਾਰ ਸੇਵਾ ਮੁਖੀ ਸੀਗੇ ਤਰਸੇਮ ਸਿੰਘ ਬਾਬਾ, ਉਹਨਾਂ ਦਾ ਉੱਤਰਾਖੰਡ ਦੇ ਵਿੱਚ ਦੋ ਵਿਅਕਤੀਆਂ ਵੱਲੋਂ ਜਿਹੜਾ ਇਹ ਗੋਲੀ ਮਾਰ ਦਿੱਤਾ ਜਾਂਦਾ ਹੈ। ਜਦੋਂ ਉਹ ਆਪਣੇ ਡੇਰੇ ਦੇ ਬਾਹਰ ਬੈਠੇ ਹੁੰਦੇ ਤਾਂ ਦੋ ਮੋਟਰਸਾਈਕਲ ਸਵਾਰ ਜਿਹੜੇ ਨੇ ਉਹਨਾਂ ਦੇ ਕੋਲ ਆਉਂਦੇ ਨੇ ਅਤੇ ਗੋਲੀ ਮਾਰ ਦਿੰਦੇ। ਤਸਵੀਰਾਂ ਵਿੱਚ ਤੁਹਾਨੂੰ ਇੱਕ ਪਾਸੇ ਦਿਖਾ ਰਹੇ ਹਾਂ ਜਿੱਥੇ ਦੋ ਵਿਅਕਤੀ ਜਿਹੜੇ ਨੇ ਮੋਟਰਸਾਈਕਲ ਸਵਾਰ ਹੋ ਕੇ ਆਉਂਦੇ ਨੇ ਅਤੇ ਡੇਰਾ ਮੁਖੀ ਜਦੋਂ ਡੇਰਾ ਦੇ ਬਾਹਰ ਬੈਠੇ ਹੁੰਦੇ ਨੇ ਤਾਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ, ਜਿਸ ਤੋਂ ਬਾਅਦ ਜਿਹਦੇ ਮੁੱਖ ਜਿਹੜਾ ਸਰਬਜੀਤ ਸਿੰਘ ਹੈ ਜਿਸ ਸ਼ਾਰਪ ਸ਼ੂਟਰ ਸੀ ਉਸਨੂੰ ਇੱਕ ਸੁਪਾਰੀ ਦਿੱਤੀ ਗਈ ਸੀ ਜਿਸ ਕਰਕੇ ਉਸਨੇ ਗੋਲੀਆਂ ਮਾਰੀ ਸੀ ਅਤੇ ਇਸ ਦੇ ਖਿਲਾਫ ਕਈ ਮਾਮਲੇ ਵੀ ਜਿਹੜੇ ਨੇ ਪਹਿਲੇ ਵੀ ਦਰਜ ਨੇ ਅਤੇ ਉੱਤਰਾਖੰਡ ਪੁਲਿਸ ਲਗਾਤਾਰ ਇਸ ਸ਼ੂਟਰ ਦੀ ਭਾਲ ਕਰ ਰਹੀ ਸੀ ਅਤੇ ਤਰਨ ਤਾਰਨ ਵੀ ਕਈ ਪਹੁੰਚੀ ਹੈ ਅਤੇ ਲਗਾਤਾਰ ਤਰਨ ਤਾਰਨ ਪੁਲਿਸ ਦੇ ਨਾਲ ਸੰਪਰਕ ਦੇ ਵਿੱਚ ਸੀ ਅਤੇ ਅੱਜ ਤਰਨ ਤਾਰਨ ਪਹੁੰਚੀ ਜਿੱਥੇ ਤਰਨ ਤਾਰਨ ਦੇ ਮੀਆਂਵਿੰਡ ਦੇ ਵਸਨੀਕ ਸਰਬਜੀਤ ਸਿੰਘ ਦੇ ਪਿੰਡ ਵਿੱਚ ਪਹੁੰਚੀ ਅਤੇ ਬੁਨਿਆਦੀ ਕਰਵਾਈ ਅਤੇ ਘਰ ਦੇ ਬਾਹਰ ਪੋਸਟਰ ਲਗਵਾਈ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਉੱਤਰਾਖੰਡ ਪੁਲਿਸ ਪਹੁੰਚੀ ਹੈ ਅਤੇ ਲਗਾਤਾਰ ਬੁਨਿਆਦੀ ਕਰਵਾ ਰਹੀ ਹੈ ਅਤੇ ਬੁਨਿਆਦੀ ਕਰਵਾਉਂਦੇ ਉਹਨਾਂ ਨੇ ਕਿਹਾ ਕਿ ਜੇਕਰ ਸਰਬਜੀਤ ਸਿੰਘ
ਉੱਤਰਾਖੰਡ ਪੁਲਿਸ ਦੇ ਸਾਹਮਣੇ ਪੇਸ਼ ਨਹੀਂ ਹੁੰਦਾ ਤਾਂ ਉਹਨਾਂ ਦੇ ਜਿਹੜੇ ਚੱਲ ਅਚਲ ਸੇਵਾ ਜਿਹੜੀ ਹੈ, ਜਿਹੜੇ ਚੱਲ ਅਚਲ ਘਰ ਦੀ ਜਿਹੜੀ ਜਾਇਦਾਦ ਜਿੰਨੀਆਂ ਵੀ ਹੈਗੀਆਂ ਸਾਰੀ ਦੀ ਸਾਰੀ ਜ਼ਬਤ ਕਰ ਲਈ ਜਾਵੇਗੀ।